ਅੱਜ ਜਿਹੜਾ ਨਵਦੀਪ ਸਿੰਘ ਹੈ ਜਿਹਨੇ ਪਹਿਲੀ ਕਿਸਾਨੀ ਸੰਘਰਸ਼ 'ਚ ਵੀ ਬੜਾ ਅਹਿਮ ਰੋਲ ਅਦਾ ਕੀਤਾ ਸੀ, ਉਦੋਂ ਜਦੋਂ ਵਾਟਰ ਕੈਨਨ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ 'ਤੇ ਮਾਰਦੇ ਸੀ, ਉਸ ਵਾਟਰ ਕੈਨਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ, ਜਿਸ ਨੌਜਵਾਨ ਨੇ ਉਸ ਟਰੱਕ 'ਤੇ ਚੜ੍ਹ ਕੇ ਉਸ ਵਾਟਰ ਕੈਨਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ, ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਹਿਆ ਸੀ, ਉਹਦੀ ਇੱਜ਼ਤ ਕੀਤੀ, ਕਿਉਂਕਿ ਉਸ ਵੇਲੇ ਵਾਟਰ ਕੈਨਨ ਜਿਹੜਾ ਮਾਰਦੇ ਸੀ ਬਜ਼ੁਰਗਾਂ 'ਤੇ ਉਹ ਕਾਫੀ ਇਹ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਸੀ। ਚਲੋ ਉਹ ਗੱਲ ਇੱਕ ਪਾਸੇ ਰਹਿ ਗਈ, ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਗਿਆ। ਭਾਈ ਉਹਨੇ ਕਿਹੜਾ ਕਾਨੂੰਨ ਇਹ ਜਿਹਾ ਤੋੜਤਾ ਸਰਕਾਰ ਦਾ, ਭਾਜਪਾ ਦੀ ਸਰਕਾਰ ਦਾ, ਜਸਟ ਬਿਕੋਜ਼ ਕੋਈ ਅੰਨਦਾਤਾ ਦੀ ਗੱਲ ਕਰੇ, ਅੰਨਦਾਤਾ ਦੀ ਆਵਾਜ਼ ਉਠਾਵੇ, ਅੰਨਦਾਤਾ ਦੇ ਹੱਕ 'ਚ ਪੈਰਾ ਦੇਵੇ, ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਹੇ, ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਹੇ, ਔਰ ਕੇਂਦਰ ਦੀ ਸਰਕਾਰ ਅਤੇ ਹਰਿਆਣੇ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ, ਇਸ ਕਰਕੇ ਅੱਜ ਉਹਨਾਂ 'ਤੇ ਸਖ਼ਤੀ ਕੀਤੀ ਜਾ ਰਹੀ ਕਿ ਇਹ ਲੋਕਤੰਤਰ। ਸਤਸੰਗਤ ਜੀ, ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਕੀ ਦੇ ਨੋਟਿਸ ਕੱਢੇ ਗਏ, ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ, ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਕਨੌਰੀ ਸ਼ੰਭੂ ਬਾਰਡਰ 'ਤੇ ਬੈਠਿਆ ਸੀ, ਅੱਜ ਕਿਸੇ ਨੂੰ ਲੈਣ ਜਾਂ ਆਪ ਉਹਦੀ ਕੋਈ ਫਲਾਈਟ ਸੀ ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ, ਮਗਰ ਉਹ ਏਅਰਪੋਰਟ ਗਿਆ ਸੀ ਔਰ ਉਸ ਏਅਰਪੋਰਟ ਤੋਂ ਉਹਨੂੰ ਘੇਰ ਲਿਆ ਗਿਆ, ਉਹਨੂੰ ਅਰੈਸਟ ਪਾ ਦਿੱਤੀ ਗਈ। ਮੈਂ ਅੱਜ ਜਾਖੜ ਸਾਹਿਬ ਨੂੰ ਅਤੇ ਭਾਜਪਾ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਐਡੇ ਐਡੇ ਕ੍ਰਿਮੀਨਲ ਜੇਲ੍ਹਾਂ 'ਚੋਂ ਬਹਿ ਕੇ ਇੰਟਰਵਿਊਆਂ ਦੇ ਜਾਂਦੇ ਨੇ, ਕੀ ਕੁਛ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ, ਉਹਨਾਂ 'ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ। ਇੱਕ ਅੰਨਦਾਤਾ 'ਤੇ ਜਿਹਨੇ ਦੇਸ਼ ਨੂੰ ਅਨਾਜ ਦਾ ਭੰਡਾਰ ਦਿੱਤਾ ਹੋਵੇ, ਦੇਸ਼ 'ਚ ਗ੍ਰੀਨ ਰੈਵੋਲਿਊਸ਼ਨ ਲੈ ਕੇ ਆਇਆ ਹੋਵੇ, ਹੱਕ ਸੱਚ ਦੀ ਗੱਲ ਕਰਦਾ ਹੋਵੇ, ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ, ਅੱਜ ਉਸ ਨੂੰ ਇਸ ਲਈ ਅਰੈਸਟ ਕਰ ਲਿਆ ਗਿਆ ਕਿਉਂਕਿ ਉਹ ਸਰਕਾਰ ਦੇ ਇਸ਼ਾਰੇ 'ਤੇ ਨਹੀਂ ਚੱਲਦਾ। ਮੈਂ ਚਾਹੂੰਗਾ ਕਿ ਉਹਦੀ ਇਮੀਡੀਏਟਲੀ ਰਿਲੀਜ਼ ਹੋਵੇ, ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ। ਅੱਜ ਜਿਹੜਾ ਨਵਦੀਪ ਸਿੰਘ ਹੈ ਜਿਹਨੇ ਪਹਿਲੀ ਕਿਸਾਨੀ ਸੰਘਰਸ਼ 'ਚ ਵੀ ਬੜਾ ਅਹਿਮ ਰੋਲ ਅਦਾ ਕੀਤਾ ਸੀ, ਉਦੋਂ ਜਦੋਂ ਵਾਟਰ ਕੈਨਨ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ 'ਤੇ ਮਾਰਦੇ ਸੀ, ਉਸ ਵਾਟਰ ਕੈਨਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ, ਜਿਸ ਨੌਜਵਾਨ ਨੇ ਉਸ ਟਰੱਕ 'ਤੇ ਚੜ੍ਹ ਕੇ ਉਸ ਵਾਟਰ ਕੈਨਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ, ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਹਿਆ ਸੀ, ਉਹਦੀ ਇੱਜ਼ਤ ਕੀਤੀ, ਕਿਉਂਕਿ ਉਸ ਵੇਲੇ ਵਾਟਰ ਕੈਨਨ ਜਿਹੜਾ ਮਾਰਦੇ ਸੀ ਬਜ਼ੁਰਗਾਂ 'ਤੇ ਉਹ ਕਾਫੀ ਇਹ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਸੀ। ਚਲੋ ਉਹ ਗੱਲ ਇੱਕ ਪਾਸੇ ਰਹਿ ਗਈ, ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਗਿਆ। ਭਾਈ ਉਹਨੇ ਕਿਹੜਾ ਕਾਨੂੰਨ ਇਹ ਜਿਹਾ ਤੋੜਤਾ ਸਰਕਾਰ ਦਾ, ਭਾਜਪਾ ਦੀ ਸਰਕਾਰ ਦਾ, ਜਸਟ ਬਿਕੋਜ਼ ਕੋਈ ਅੰਨਦਾਤਾ ਦੀ ਗੱਲ ਕਰੇ, ਅੰਨਦਾਤਾ ਦੀ ਆਵਾਜ਼ ਉਠਾਵੇ, ਅੰਨਦਾਤਾ ਦੇ ਹੱਕ 'ਚ ਪੈਰਾ ਦੇਵੇ, ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਹੇ, ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਹੇ, ਔਰ ਕੇਂਦਰ ਦੀ ਸਰਕਾਰ ਅਤੇ ਹਰਿਆਣੇ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ, ਇਸ ਕਰਕੇ ਅੱਜ ਉਹਨਾਂ 'ਤੇ ਸਖ਼ਤੀ ਕੀਤੀ ਜਾ ਰਹੀ ਕਿ ਇਹ ਲੋਕਤੰਤਰ। ਸਤਸੰਗਤ ਜੀ, ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਕੀ ਦੇ ਨੋਟਿਸ ਕੱਢੇ ਗਏ,
ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ, ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਕਨੌਰੀ ਸ਼ੰਭੂ ਬਾਰਡਰ 'ਤੇ ਬੈਠਿਆ ਸੀ। ਅੱਜ ਕਿਸੇ ਨੂੰ ਲੈਣ ਜਾਂ ਆਪ ਉਹਦੀ ਕੋਈ ਫਲਾਈਟ ਸੀ, ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ, ਮਗਰ ਉਹ ਏਅਰਪੋਰਟ ਗਿਆ ਸੀ ਔਰ ਉਸ ਏਅਰਪੋਰਟ ਤੋਂ ਉਹਨੂੰ ਘੇਰ ਲਿਆ ਗਿਆ, ਉਹਨੂੰ ਅਰੈਸਟ ਪਾ ਦਿੱਤੀ ਗਈ। ਮੈਂ ਅੱਜ ਜਾਖੜ ਸਾਹਿਬ ਨੂੰ ਅਤੇ ਭਾਜਪਾ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਐਡੇ ਐਡੇ ਕ੍ਰਿਮੀਨਲ ਜੇਲ੍ਹਾਂ 'ਚੋਂ ਬਹਿ ਕੇ ਇੰਟਰਵਿਊਆਂ ਦੇ ਜਾਂਦੇ ਨੇ, ਕੀ ਕੁਛ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ, ਉਹਨਾਂ 'ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ। ਇਹ ਕੰਨਦਾਤਾ 'ਤੇ ਜਿਹਨੇ ਦੇਸ਼ ਨੂੰ ਅਨਾਜ ਦਾ ਭੰਡਾਰ ਦਿੱਤਾ ਹੋਵੇ, ਦੇਸ਼ 'ਚ ਗ੍ਰੀਨ ਰੈਵੋਲਿਊਸ਼ਨ ਲੈ ਕੇ ਆਇਆ ਹੋਵੇ, ਹੱਕ ਸੱਚ ਦੀ ਗੱਲ ਕਰਦਾ ਹੋਵੇ, ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ, ਅੱਜ ਉਸਨੂੰ ਇਸ ਲਈ ਅਰੈਸਟ ਕਰ ਲਿਆ ਗਿਆ ਕਿਉਂਕਿ ਉਹ ਸਰਕਾਰ ਦੇ ਇਸ਼ਾਰੇ 'ਤੇ ਨਹੀਂ ਚੱਲਦਾ। ਮੈਂ ਚਾਹੂੰਗਾ ਕਿ ਉਹਦੀ ਇਮੀਡੀਏਟਲੀ ਰਿਲੀਜ਼ ਹੋਵੇ ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ਼ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ।